ਆਸ਼ਿਕ ਪਰੇਮ ਦੀ ਨਗਰੀ ਵਿੱਚ ਅਸੀਂ ਆਪਣਾ ਆਪ ਗਵਾ ਬੈਠੇ। ਅਸੀਂ ਆਪਣਾ ਆਪ ਗਵਾ ਬੈਠੇ। ਕਬਾ ਸਮਝ ਲਿਆ ਮੁਖ ਸਾਈਂ ਦਾ ਦਰੇ ਯਾਰ ਤੇ ਸੀਸ ਝੁਕਾ ਬੈਠੇ। ਕਬਾ ਸਮਝ ਲਿਆ ਜਦੋਂ ਲੱਭਦੇ ਸਾਂ ਉਦੋਂ ਲੱਭਿਆ ਨਾ, ਜਦੋਂ ਲੱਭਦੇ ਸਾਂ ਉਦੋਂ ਲੱਭਿਆ ਨਾ, ਉਹ ਜਦੋਂ ਲੱਭਿਆ ਤੇ ਆਪ ਗਵਾਚ ਗਏ। ਉਹ ਜਿੱਥੇ ਅਕਲ ਵਿਚਾਰੀ ਦਾ ਦਖਲ ਨਹੀਂ, ਅਸੀਂ ਉੱਥੇ ਨੈਣ ਮਿਲਾ ਬੈਠੇ। ਜਿੱਥੇ ਅਕਲ ਵਿਚਾਰੀ ਦਾ ਦਖਲ ਨਹੀਂ, ਅਸੀਂ ਉੱਥੇ ਨੈਣ ਮਿਲਾ ਬੈਠੇ। ਉਹ ਤੈਨੂੰ ਪੁੱਛਣਾ ਹਸ਼ਰ ਦਿਹਾੜੇ ਨੂੰ ਕੀ ਕਰਨਾ ਸੀ ਕੀ ਕਰ ਆਇਆ। ਉਹ ਤੈਨੂੰ ਪੁੱਛਣਾ ਹਸ਼ਰ ਦਿਹਾੜੇ ਨੂੰ ਕੀ ਕਰਨਾ ਸੀ ਕੀ ਕਰ ਆਇਆ। ਜਿਹਨੂੰ ਭੁੱਲਣਾ ਸੀ ਉਹਨੂੰ ਪੜ ਆਇਆ, ਤੇ ਜਿਹਨੂੰ ਪੜ੍ਹਨਾ ਸੀ ਉਹਨੂੰ ਭੁੱਲ ਆਇਆ। ਤੈਨੂੰ ਪੁੱਛਣਾ ਹਸ਼ਰ ਦਿਹਾੜੇ ਨੂੰ ਕੀ ਕਰਨਾ ਸੀ ਕੀ ਕਰ ਆਇਆ। ਜਿਹਨੂੰ ਪੜ੍ਹਨਾ ਸੀ ਉਹਨੂੰ ਭੁੱਲ ਆਇਆ, ਜਿਹਨੂੰ ਭੁੱਲਣਾ ਸੀ ਉਹਨੂੰ ਪੜ੍ਹ ਆਇਆ। ਤੈਨੂੰ ਭੇਜਿਆ ਦਰਦ ਵਢਾਵਣ ਲਈ, ਇੱਕ ਪਿਆਰ ਦਾ ਦਰਸ ਪੜਾਵਣ ਲਈ। ਤੂੰ ਫਿਰਕਾ ਪਰਸਤੀ ਵਿੱਚ ਵੜ ਕੇ ਇੱਕ ਦੂਜੇ ਦੇ ਨਾਲ ਲੜ ਆਇਆ, ਇੱਕ ਦੂਜੇ ਦੇ ਨਾਲ ਲੜ ਆਇਆ। ਜਿਹੜਾ ਦਿਸਦਾ ਨਹੀਂ ਉਹਨੂੰ ਮੰਨਦਾ ਏ, ਜਿਹੜਾ ਦਿਸਦਾ ਨਹੀਂ ਉਹਨੂੰ ਮੰਨਦਾ ਏ, ਤੇ ਜਿਹੜਾ ਦਿਸਦਾ ਏ ਉਹਨੂੰ ਮੰਨਦਾ ਨਹੀਂ। ਉਹ ਮਤ ਮਾਰੀ ਇਹਨਾਂ ਲੋਕਾਂ ਦੀ, ਇਹਦੇ ਵੇਖ ਕੇ ਮੱਥੜਾ ਭੰਨਦਾ ਨਹੀਂ। ਮਤ ਮਾਰੀ ਇਹਨਾਂ ਲੋਕਾਂ ਦੀ, ਉਹ ਜਿਹੜੇ ਵੇਖ ਕੇ ਮੱਥੜਾ ਭੰਨਦਾ ਨਹੀਂ। ਕਿਉਂ ਕੁਫਰ ਕੁਛ ਐਸਾ ਪੱਕਾ ਹੋ ਗਿਆ ਹੈ, ਮੇਰਾ ਦਿਲ ਬੁੱਤ ਕਦਾ ਸਾ ਹੋ ਗਿਆ ਹੈ। ਛੁਪਾਉਂ ਕਿਸ ਤਰ੍ਹਾਂ ਤੇਰੀ ਮੁਹੱਬਤ, ਜਹਾਂ ਮੇਂ ਸਾਰੇ ਚਰਚਾ ਹੋ ਗਿਆ ਹੈ। ਸਮਝ ਕਰ ਆਪ ਪੀ ਲੀ ਮੈਂ ਕੀ ਬੋਤਲ, ਕਿਸੀ ਵਾ ਇਸੇ ਧੋਖਾ ਹੋ ਗਿਆ ਹੈ। ਜੋ ਪਹਿਲੇ ਦੌਰ ਮੈਂ ਇੱਕ ਬੁੱਤ ਕਦਾ ਥਾ, ਵੋ ਦੇਖੋ ਆਜ ਕਾਬਾ ਹੋ ਗਿਆ ਹੈ। ਬੁੱਤੋਂ ਕੇ ਰੂਪ ਮੈਂ ਦੇਖਾ ਖੁਦਾ ਕੋ, ਇਸ਼ਕ ਐਦਾਦ ਸੱਚਾ ਹੋ ਗਿਆ ਹੈ। ਮਜ਼ਮੂਨ ਇਸ਼ਕ ਦਾ ਮੁਸ਼ਕਲ ਏ, ਕੋਈ ਵਿਰਲਾ ਵਿਰਲਾ ਪਾਸ ਹੁੰਦਾ ਪੜਦਾ। ਮਜ਼ਮੂਨ ਇਸ਼ਕ ਦਾ ਮੁਸ਼ਕਿਲ ਏ, ਕੋਈ ਵਿਰਲਾ ਵਿਰਲਾ ਪੜਦਾ ਏ। ਇਹਦੀ ਡਿਗਰੀ ਹਾਸਲ ਕਰਨੇ ਲਈ ਉਹ ਘਰ ਬਾਰ ਲਟਾਉਣਾ ਪੈਂਦਾ ਏ, ਤੇ ਕਹਿਣਾ ਪੈਂਦਾ ਏ ਇਸ ਇਸ਼ਕ ਕਿਤਾਬ ਦੇ ਵਰਕੇ ਨੂੰ, ਇਸ ਇਸ਼ਕ ਕਿਤਾਬ ਦੇ ਵਰਕੇ ਨੂੰ, ਇਸ ਇਸ਼ਕ ਕਿਤਾਬ ਦੇ ਵਰਕੇ ਨੂੰ, ਜਿਹੜਾ ਪੜ ਲੈ ਕਾਫਰ ਹੋ ਜਾ। ਜਿਹੜਾ ਸਾਈ ਨੂੰ ਰੱਬ ਜਾਣ ਲਵੇ, ਉਹ ਆਲਾ
ओहो मस्त कलंदर हो जाता।
ਬਾਦਸ਼ਾਹ ਦੇ ਆ ਪੁੱਤਰਾਂ ਨੂੰ ਇੱਥੇ ਬਾਦਸ਼ਾਹ ਦੇ ਆ ਪੁੱਤਰਾਂ ਨੂੰ ਉਹ ਹੱਥ ਬੰਨ ਕੇ ਆਉਣਾ ਪੈਂਦਾ ਏ ਇੱਥੇ ਬਾਦਸ਼ਾਹ ਦੇ ਆ ਪੁੱਤਰਾਂ ਨੂੰ ਹੱਥ ਬੰਨ ਕੇ ਆਉਣਾ ਪੈਂਦਾ ਏ ਬਾਦਸ਼ਾਹ ਦੇ ਆ ਪੁੱਤਰਾਂ ਨੂੰ ਹੱਥ ਬੰਨ ਕੇ ਆਉਣਾ ਪੈਂਦਾ ਏ ਜਹਾਂ ਸਰ ਕੇ ਪੁੱਲ ਚਲੋਇਆ ਆਸ਼ਕੋ ਜਹਾਂ ਪਾਉ ਰੱਖਣਾ ਰਵਾ ਨਹੀਂ ਗੱਲ ਬੈਤ ਤੇ ਹੋਣ ਲੱਗੀ ਏ ਭਾਵੇਂ ਸੱਯਦ ਹੋਵੇ ਮੁਗਲ ਹੋਵੇ ਪਠਾਨ ਹੋਵੇ ਪੰਜਾਬੀ ਹੋਵੇ ਕਿਸੇ ਜਾਤ ਦਾ ਹੋਵੇ ਉਹਨੂੰ ਬੈਤ ਕਰਨੀ ਪਈ ਏ ਯਾ ਯੂ ਅਲਦੀਨਾ ਅਮਨੁ ਤਕੁ ਲਬਤਾ ਕੂ ਅਲੈ ਹਿਲ ਵਸੀਲਤਾ ਕੁਰਾਨ ਕਹਿੰਦਾ ਹੈ ਇਮਾਨ ਵਾਲਿਓ ਮੇਰੀ ਤਰਫ ਆਓ ਪਕੜੋ ਵਸੀਲਾ ਕਿਵੇਂ ਭਾਵੇਂ ਸੱਯਦ ਮੁਗਲ ਪਠਾਨ ਹੋਵੇ ਇੱਥੇ ਬੈਤ ਦਾ ਹੁਕਮ ਹੈ ਸਾਰਿਆਂ ਲਈ ਇੱਥੇ ਬੈਤ ਦਾ ਹੁਕਮ ਹੈ ਸਾਰਿਆਂ ਲਈ ਇੱਥੇ ਬੈਤ ਦਾ ਹੁਕਮ ਹੈ ਸਾਰਿਆਂ ਲਈ ਹੁਕਮ ਹੈ ਸਾਰਿਆਂ ਲਈ ਇੱਥੇ ਬੁੱਲੇ ਵਰਗੇ ਸੈਯਦ ਨੂੰ ਇੱਥੇ ਬੁੱਲੇ ਵਰਗੇ ਸੈਯਦ ਨੂੰ ਇਹੋ ਹੁਕਮ ਬਜਾਉਣਾ ਪੈਂਦਾ ਇੱਥੇ ਬੁੱਲੇ ਆਪਣੀ ਖਤਾ ਕਾ ਪਤਾ ਮਿਲ ਗਿਆ ਆਖ ਮੇਰੀ ਤੇਰੀ ਆਖ ਸੇ ਲੜ ਗਈ ਮੁਝਕੋ ਆਪਣੀ ਖਤਾ ਕਾ ਪਤਾ ਮਿਲ ਗਿਆ ਆਖ ਮੇਰੀ ਤੇਰੀ ਆਖ ਗਈ ਮੁਝਕੋ ਆਪਣੀ ਖਤਾ ਕਾ ਪਤਾ ਮਿਲ ਗਿਆ ਆਖ ਮੇਰੀ ਤੇਰੀ ਆਖ ਸੇ ਲੜ ਗਈ ਆਖ ਮੇਰੀ ਤੇਰੀ ਆਖ ਸੇ ਲੜ ਗਈ ਕੀ ਖੂਬ ਲਿਖਿਆ ਹੈ ਮੇਰੇ ਉਸਤਾਦ ਜੀ ਔਰ ਮੇਰੇ ਤਾਇਆ ਜੀ ਜ਼ਹੂਰ ਸਾਹਿਬ ਉਹਨਾਂ ਦਾ ਕਲਾਮ ਪੇਸ਼ ਕਰ ਰਿਹਾ ਆਖ ਮੇਰੀ ਤੇਰੀ ਆਖ ਸੇ ਲੜ ਗਈ ਆਖ ਮੇਰੀ ਤੇਰੀ ਆਖ ਸੇ ਲੜ ਗਈ ਮੁਝਕੋ ਆਪਣੀ ਖਤਾ ਕਾ ਪਤਾ ਮਿਲ ਗਿਆ ਮੁਝਕੋ ਆਪਣੀ ਖਤਾ ਕਾ ਪਤਾ ਮਿਲ ਗਿਆ ਮੁਝਕੋ ਤੋ ਮਿਲ ਗਏ ਮੁਝਕੋ ਤੋ ਮਿਲ ਗਿਆ ਤੇਰੇ ਦਰ ਕਾ ਪਤਾ 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 ਤੇਰੇ ਮਿਲਨੇ ਸੇ ਮੁਝਕੋ ਖੁਦਾ ਮਿਲ ਗਿਆ ਮੁਝਕੋ ਤੋ ਸਰਕਾਰ ਜਿਹੜੇ ਬੈਠੇ ਨੇ ਨਾ ਇਹਨਾਂ ਦੀ ਅੱਖ ਵਿੱਚ ਨਸ਼ਾ ਹੈ ਮੇਰੀ ਸਰਕਾਰ ਦਾ ਕਿਉਂਕਿ ਉਂਗਲੀ ਇਹਨਾਂ ਵੱਲ ਨੂੰ ਹੈ ਸਰਕਾਰਾਂ ਦੀ ਉਂਗਲੀ ਇੱਧਰ ਨੂੰ ਹੈ ਤੇ ਸਾਡਾ ਮੰਨਣਾ ਸਰਕਾਰ ਵੱਲ ਨੂੰ ਹੈ ਪਤਾ ਕਿਵੇਂ ਸ਼ੇਰ 'ਚ ਪੇਸ਼ ਕਰਾਂਗਾ ਮੇਰੀ ਅੱਖ ਹੋਵੇ ਮੇਰੀ ਮੈਨੂੰ ਤੇਰੀ ਤੇਰੀ ਅੱਖੋਂ ਮੈਂ ਨਸ਼ਾ ਹੈ ਸਰਕਾਰ ਕਾ ਤੇਰੀ ਅੱਖੋਂ ਮੈਂ ਨਸ਼ਾ ਹੈ ਸਰਕਾਰ ਉਹ ਸੱਜਣਾ
सरकार का मैं तो तालिब हूं तेरे ही दीदार का मैं तो तालिब हूं तेरे ही दीदार का मेरे मुर्शिद मैं तो तालिब हूं तेरे ही दीदार का मैं तो तालिब हूं तेरे जलवों ने तेरे जलवों ने वो जलवा बख्शा मुझे 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 तेरे जलवों ने बख्शा मुझे मुझको जलवा नुमा का ਪਤਾ ਕੀ ਹੋਇਆ
ਇਹ ਰਿੰਦਾ ਬਜ਼ਮਾਂ ਦੀ ਮਹਿਫਲ ਦੇ ਵਿੱਚ ਮੈਨੂੰ ਕੀ ਨਜ਼ਰ ਆਇਆ ਮਹਿਫਲ ਦੇ ਵਿੱਚ, ਕਿਉਂਕਿ ਇਹ ਬਜ਼ਮਾਂ ਰਿੰਦਾ ਦੀ ਮਹਿਫਲ ਹੈ। ਇਸ ਰਿੰਦਾ ਦੀ ਮਹਿਫਲ ਦੇ ਵਿੱਚ ਉਹ ਚੀਜ਼ ਨਜ਼ਰ ਆਈ ਹੈ ਜਿਹੜੀ ਦੂਸਰੀ ਜਗ੍ਹਾ ਤੇ ਨਜ਼ਰ ਨਹੀਂ ਆ ਸਕਦੀ। ਕਿਉਂ? ਕਿਉਂਕਿ ਇਹਨਾਂ ਦਾ ਮੰਨਣਾ ਹੋਰ ਹੈ, ਲੋਕਾਂ ਦਾ ਮੰਨਣਾ ਹੋਰ ਹੈ, ਕਿਉਂਕਿ ਕਾਬੇ ਕਾ ਜਾਣਾ ਔਰ ਹੈ, ਆਪਣਾ ਸਫ਼ਰ ਕੁਛ ਔਰ ਹੈ। ਅਰੇ ਤੂੰ ਹੀ ਬਤਾ ਦੇ ਜ਼ਾਹਿਦਾ ਦੇਖਾ ਅਗਰ ਕੁਛ ਔਰ ਹੈ, ਅਬ ਤੋ ਮੇਰੀ ਨਿਗਾਹ ਮੇ ਯੇ ਸ਼ਾਨੇ ਬਸ਼ਰ ਕੁਛ ਔਰ ਹੈ। ਤੋ ਪਤਾ ਕੀ ਹੋਇਆ, ਓ ਬਜ਼ਮੇ ਰਿੰਦਾ ਹੈ, ਬਜ਼ਮੇ ਰਿੰਦਾ ਹੈ। ਤੇਰੀ ਬੜੀ ਮਿਹਰਬਾਨੀ, ਹੌਲੀ ਕਰ ਲਾ ਤੇਰਾ ਕਵਾਲੀ ਸਮਝਾਉਣੀ ਆ। ਓ ਹੋ ਬਜ਼ਮੇ ਰਿੰਦਾ ਹੈ ਕੋਈ ਕਾਬਾ ਕਲੀਸਾ ਤੋ ਨਹੀਂ, ਬਜ਼ਮੇ ਰਿੰਦਾ ਇਹ ਜਿਹੜੀ ਬਜ਼ਮ ਹੈ, ਇਹ ਰਿੰਦਾ ਦੀ ਬਜ਼ਮ ਹੈ। ਕਿਵੇਂ? ਬਜ਼ਮੇ ਰਿੰਦਾ ਕਾਬਾ ਕਲੀਸਾ ਹੈ ਕੋਈ ਕਾਬਾ ਕਲੀ ਸਾਤੋ ਨਹੀਂ, ਬਜ਼ਮੇ ਰਿੰਦਾ ਕਾਬਾ ਕਲੀ ਸਾਤੋ ਨਹੀਂ, ਮੈਂ ਬਾਬਾ ਜੀ ਬੋਲ ਕਹਿਣ ਤੋਂ ਪਹਿਲੇ ਕਿਹਾ ਕਿ ਆਮ ਮਹਿਫਲ ਨਹੀਂ, ਇਹ ਮਜਮਾ ਸਰਫਰੋਸ਼ਾਂ ਦਾ ਮਜਮਾ, ਜਿਹਨਾਂ ਨੇ ਆਪਣੀ ਪੀੜ ਦੀ ਨਜ਼ਰ ਕਰ ਦਿੱਤਾ ਆਪਣਾ ਸਰ ਤਨ ਮਨ ਧਨ ਦੌਲਤ ਸਭ ਕੁਛ। ਕਿਉਂ?
घर ने ते बाबा जी चरण पुराना चोर बन जाता जे घर वाला घर ना हो क्योंकि नमाज मोमन दी मिराज असलातो मिराज अल मोमिनीन मस्जिद विच मोमना दी नमाज है समाओ मिराज अल आशिकीन समा विच आशिकां नू मिराज जिवे ख्वाजा बख्तियार काकी नू मिराज होया सी कवाल ने गजल पढ़ी मंजिले इश्कत मकाने दी गरस मर्द ही रारा निशाने दी गरस जिस बिल्ला बोल आया उस तगाने खंजरे तस्लीम रा हर जमा ज़गैब जाने दी गरस ख्वाजा कुतुबुद्दीन बख्तियार काकी विशाल कर गए अगली लाइन पढ़ी कमाल ने हर जमा ज़गैब जाने दी गरस ख्वाजा कुतुबुद्दीन बख्तियार काकी उठ के बह गए कहंदे ओ कवालो तुहानू इस शेर दे मतलब दा पता कवाल डरदा डरदा अर्ज करन लगा कहंदा हजूर असी ते तुहाडे तों ही इहदा मतलब पुछिआ जरा तुसी अपने मुंह नाल दस दिओ ते ख्वाजा बख्तियार बख्तियार काकी कहन लगे कुश्तगा ने खंजरे तस्लीम ना जेड़ा अपनी यार दी मर्जी ना कुश्ता हो जान मर जान हर जमाज गैब जाने दी गरस उहनां नूं हर जमाने विच इक नवीं जिंदगी मिलदी ओ जिंदगी दी परवाह नहीं रखदे ते फिर लोका पापी गए मस्जिदों दोस्तों गल खरी करनी है रब मिलिया उतो कैमरे लगे जो तो मैं सच बोलता तुसी मेरे नाल दसो रब मिल जांदा मस्जिद तो मिलता भला कितों ओ देरो का पापी गए मस्जिदों पर कर भी गए नाम सुनते हैं अपने मुर्शद के सिवा ओ गैर